कार चोर गिरोह के 3 सदस्य गिरफ्तार। रूपनगर पुलिस ने कार चोर गिरोह के 3 सदस्यों को पकड़ने का दावा किया है। पकड़े गए इन आरोपियों के पास से चोरी की हुई 15 गाड़ियां व 6 गाड़ियों के इंजन बरामद किए गए हैं। बताया जा रहा है कि कार चोरी करने वाला ये गिरोह ट्राई सिटी में कारों की चोरी करते थे वे आगे खरीदारों को बेचा करते थे। इस संबंधी रोपड़ के SSP स्वप्न शर्मा ने पत्रकार वार्ता के दौरान बताया कि पुलिस ने आरोपियों पर मामला दर्ज कर लिया है और पूछताछ की जा रही है। ਜ਼ੀਰਕਪੁਰ ਦਾ ਇਹਦੇ ਨਾਲ 2 ਹੋਰ ਬੰਦੇ ਆਪਾਂ ਫੜੇ। ਇੱਕ ਤਾਂ ਰੋਪੜ ਦਾ ਜਿਹਦਾ ਘਰ ਜਿਹੜਾ ਹੈਗਾ ਉਹ ਪਾਰਕਿੰਗ ਲਈ ਯੂਜ਼ ਹੁੰਦਾ ਸੀਗਾ ਚੋਰੀ ਦੀ ਗੱਡੀ, ਅਤੇ ਇੱਕ ਕਬਾੜੀਆ ਹੈ ਜਿਹੜਾ ਰਾਜਪੁਰੇ ਦਾ। 4 ਬੰਦੇ, ਇੱਕ ਫਰੀਦਕੋਟ ਦਾ, ਇੱਕ ਰਾਜਪੁਰੇ ਦਾ ਅਤੇ 2 ਦਿੱਲੀ ਦੇ ਨੋਮੀਨੇਟ ਕੀਤੇ ਹਨ ਜਿਹੜੇ ਕਾਰ ਡੀਲਰਸ ਵੀ ਹੈਗੇ ਅਤੇ ਕਬਾੜ ਦਾ ਕੰਮ ਕੀਤਾ। ਇਹਨਾਂ ਕੋਲੋਂ 15 ਗੱਡੀਆਂ, ਕੁਛ ਹਾਈ ਐਂਡ ਗੱਡੀਆਂ ਅਤੇ 6 ਇੰਜਨ ਗੱਡੀਆਂ 'ਤੇ ਬਰਾਮਦ ਹੋਈਆਂ। ਮੋਟਰ ਸੁਪਰਿੰਡ ਇਹ ਸੀਗਾ ਕਿ ਗੱਡੀ ਇਹ ਜਾਂ ਤਾਂ ਖੜ੍ਹੀ ਦੇਖ ਕੇ ਚੋਰੀ ਕਰਦੇ ਸੀਗੇ, ਜਾਂ ਹਾਈਵੇ 'ਚ ਕੋਈ ਵੀ ਫੈਮਿਲੀ ਜਾ ਰਹੀ ਹੈ ਉਹ ਰੁਕੇ ਕੁਛ ਸ਼ੋਪਿੰਗ ਕਰਨ ਜਾਂ ਕੁਛ ਖਾਣਾ ਖਾਣ ਅਤੇ ਇਹ ਚੋਰੀ ਕਰਕੇ ਲੈ ਜਾਂਦੇ ਸੀਗੇ। ਹਾਈਟੈਕ ਇਕੁਪਮੈਂਟ ਯੂਜ਼ ਕਰਦੇ ਸੀਗੇ ਕਿ ਕਾਰ ਲੋਕਿੰਗ ਸਿਸਟਮ ਜਿਹੜਾ ਹੈਗਾ ਉਹ ਕਿਵੇਂ ਬ੍ਰੇਕ ਕੀਤਾ ਜਾਵੇ ਨਾ, ਉਸਦਾ ਕੋਡ ਕਿਵੇਂ ਬ੍ਰੇਕ ਕੀਤਾ ਜਾਵੇ, ਅਤੇ 1 ਮਿੰਟ ਦੇ ਅੰਦਰ ਅੰਦਰ ਇਹ ਗੱਡੀ ਨੂੰ ਚੋਰੀ ਕਰ ਲੈਂਦੇ ਸੀਗੇ। ਅਤੇ ਨਾਲ ਹੀ ਜਾਂ ਤਾਂ ਗੱਡੀ 3 ਇੰਜਨ ਨੰਬਰ ਸਕ੍ਰੈਪ ਕਰਕੇ ਜਾਂ ਕੈਮੀਕਲ ਤੋਂ ਰੱਬ ਕਰਕੇ ਅੱਗੇ ਵੇਚਦੇ ਸੀਗੇ, ਜਾਂ ਇਹ ਕਬਾੜੀਆਂ ਕੋਲ ਗੱਡੀ ਵੇਚ ਕੇ ਇੱਕ ਫਿਕਸਡ ਅਮਾਊਂਟ 'ਤੇ ਉਹ ਇਮੀਡੀਏਟਲੀ ਇਹਨੂੰ ਕਬਾੜੀ ਕੱਟ ਕਰ ਦਿੰਦੇ ਸੀ। ਜਿਹੜਾ ਕਿੰਗ ਪਿੰਨ ਹੈ ਉਹਦੇ 'ਤੇ ਤਾਂ ਕੋਈ 15 ਪਰਚੇ ਹੈ ਦਿੱਲੀ, ਪੰਚਕੂਲਾ ਅਤੇ ਚੰਡੀਗੜ੍ਹ 'ਚ। ਸਰਗਰਮ ਸੀਗੇ ਟ੍ਰਾਈ ਸਿਟੀ 'ਚ ਸਰਗਰਮ ਸੀਗੇ, ਰਾਜਪੁਰਾ ਅਤੇ ਦਿੱਲੀ। ਕਿੰਗ ਪਿੰਨ ਤਾਂ ਹੁਣ ਕੋਈ 10 ਮਹੀਨੇ ਤੋਂ ਜੇਲ੍ਹ ਤੋਂ ਬਾਹਰ ਆਇਆ ਅਤੇ ਰਿਕਵਰੀ ਜਿਹੜੀ ਹੈ 10 ਮਹੀਨੇ ਦੀ ਹੈ। ਹੁਣ ਤਾਂ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਅਤੇ ਹੋਰ ਵੀ ਰਿਕਵਰੀ ਹੋਣ ਦੀ ਸੰਭਾਵਨਾ।